తరమ లేదు పిడికి వెళ్ళి మీరు ఓడి क्वालिटी देख सकते हो कैंट है पूरी। हाँ जी, सत श्री अकाल जी सारों, मेरा नाम जी गुरप्रीत सिंह फ्रॉम धूरी, तो वेलकम टू माई अनदर ब्लॉग। तो ब्लॉग बहुत कैंट होगा, पर एक गलो सॉरी, क्योंकि यह मैंने ब्लॉग शूट किया 28 जून 2022 में, लगभग 3 महीने हो गए, ठीक है जी। तो यह वाला ब्लॉग तुम देखोगे 17 सितंबर 2022, तो मैंने शूट किया हुआ, मतलब कि यह वाली क्लिप 16 सितंबर 2022 में शूट की हुई है, तो माड़ा बच्चे एडजस्ट कर लियो। तो वैसे अपना मेन फोकस रहेगा अपने माइक के उपर, जिहड़े हैगे ने रोड वायरलैस गो टू माइक, तो तुम मतलब कि एंड तक ब्लॉग इंजॉय करो, ब्लॉग बहुत घैंट होगा। तो आप माइक ला के भी दिखावे, तो माइक ला के भी दिखावे कि माइक तो बिना कहो जी क्वालिटी आ, तो माइक के नाल कहो जी क्वालिटी है, ठीक है। तो तुम एंड तक बने रहो, रेट यदा है लगभग 28,500 रुपया, तो विद एक्सेसरी वगैरह ला के रेट बन जाता यदा 30,000 प्लस, ठीक है जी। मतलब कि सानू इन्ने पैसे लाए ने, तुसी एक लाइक कर दो, तो चैनल कर दो सबसक्राइब, तो नीचे लिख दो कॉन्ग्रेचुलेशन गुरप्रीत, ठीक है। तो आप चलो हम चल देंगे संगरूर तो लैके आने अपने माइक, तो आ जाओ फिर चल दें, आ जाओ। इधर गड्डी पार करती है, चल दिया फिर उधर नू माइक लैन वास्ते। बर्गर 13 इतने भी है संगरूर सिटी। लो जी अपन ना तुम पूरी शॉप दिखावे कि शॉप तो अपना माइक लैन जा रहे हैं, इधर देखो पीडी जी गली है। बस दो रिसीवर नहीं, नहीं सिम है, एक रिसीवर है, दो माइक ने सिम देखी एक बार, यही है ना, यही है देखिए ऊपर ना, नहीं गो टू वाले, रुको जरा सबर करो, बोला धक्का मुक्की नहीं करने, आईफोन वाले नाल भी तगड़ी सेटिंग करते हैं, देखो सखी है अपन दी, और ये लोड बहुत है, इधर पैकअप भी बहुत ज्यादा है। कितने नंबर माइक की आ 12 को ये 15 का हुआ, वही है ना जो अपने लेवल ए ए छोटा मॉडल है, ए 8 है, ए के 8 है अपने लेवल ना, 8 ही अंदर 9 है, 9 है मंगाया थी तो आज नहीं, फिर आ मंगाया ने थोड़ा के 9 बढ़िया नहीं चलता, आवाज नहीं बढ़िया है, ਐਂ ਵਧੀਆ ਠੀਕ ਹੈ ਉਹ ਨੂੰ ਆਪਾਂ ਮੰਨ ਲਓ ਜੇ ਬਾਹਰ ਵਗ ਜੇ ਫੋਨ ਲੈ ਕੇ ਆਵਾਜ਼ ਨਾ ਸੀਵਰ ਕੰਮ ਛੱਡ ਦਿੰਦਾ ਜਿਆਦਾ ਉਹ ਨਹੀਂ ਕਰ 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 ਦੀ ਆਵਾਜ਼ ਆ ਜਾਂਦੀ ਥੋੜੀ ਜੀ ਬੜੇ ਸਾਡੇ ਵਾਲੇ ਇਸ ਚ ਨਹੀਂ ਆਉਂਦੀ ਆ ਹੈਗੀ ਇਹ ਬਸ ਇਹ ਤਾਂ ਬੈਸਟ ਕੁਝ ਨਹੀਂ ਪਾੜ ਦੋ ਕੋਈ ਚੱਕਰ ਨਹੀਂ ਪਾੜ ਦੋ ਟੈਨਸ਼ਨ ਨਾ ਲਓ ਗਿਆ ਉਹ ਵੀ ਦੇਖੋ
ਕੇਵਲਾ ਕੋਲਾ ਸਾਰੀ ਸਾਰਾ ਮਰ ਲਿਆ ਅੱਛਾ ਫਿਰ ਕਿਹਦੇ ਲਈ ਰੋੜ ਦੀ ਕੈਮਰੇ ਤੇ ਹੈਗੇ ਲੀਡ ਤਿੰਨ ਨੇ ਅੱਛੇ ਇੱਕ ਸਵੇਰ ਹੁੰਦਾ ਨਾ ਖੜੀ ਕਿਵੇਂ ਹੋੜਾ ਅੱਛਾ ਉੱਪਰ ਹੀ ਟੈਚ ਹੋ ਜਾਂਦਾ ਇਹ ਸੀਵਰ ਆ ਗਿਆ ਮੈਗਨੇਟ ਹੋ ਗਿਆ ਮੈਗਨੇਟ ਫੋਨ ਕਰ ਲਈ ਨਾ ਜੀ ਬਿਲਕੁਲ ਆ 900 ਰੁਪਏ ਦੀ ਕੋਈ ਗਾਰੇ ਬਾਤ ਦੇਖਾਂਗੇ ਨਿਕਲਾ ਜੀ ਕਰ ਹਾਂਜੀ ਤੇ ਮੈਂ ਹੁਣ ਆ ਚੁੱਕਾਂਗਾ ਜੀ ਘਰ ਦੇ ਵਿੱਚ ਤੇ ਹੁਣ ਆਪਾਂ ਮਾਈਕ ਲਾ ਕੇ ਦਿਖਾਵਾਂਗੇ ਕਿ ਕੁਆਲਿਟੀ ਕਿਹੋ ਜੀ ਆ ਤੇ ਵੈਸੇ ਹੁਣ ਦੀ ਕੁਆਲਿਟੀ ਮਾਈਕ ਤੋਂ ਬਿਨਾਂ ਗਈ ਹੁਣ ਆਪਾਂ ਮਾਈਕ ਲਾ ਕੇ ਦਿਖਾਵਾਂਗੇ ਕਿ ਕੁਆਲਿਟੀ ਕਿਹੋ ਜੀ ਮਤਲਬ ਕਿ ਆਵਾਜ਼ ਬਹੁਤ ਵਧੀਆ ਕਿਉਂਕਿ ਆਪਣੇ ਇੰਨੇ ਪੈਸੇ ਲਏ ਨੇ ਆਵਾਜ਼ ਤਾਂ ਆਉਣੀ ਹੋ ਠੀਕ ਹੈ ਤੇ ਤੁਸੀਂ ਮਤਲਬ ਬਣੇ ਰਹੋ ਆਪਾਂ ਤੁਹਾਨੂੰ ਦਿਖਾਉਣਾਗੇ ਵਾਇਸ ਟੈਸਟ ਆਜੋ ਜੀ ਵਾਲੇ ਡੱਬੇ ਦੇ ਵਿੱਚ ਨੇ ਆਪਣੇ ਮਾਈਕ ਠੀਕ ਹੈ ਜੀ ਤੇ ਹੁਣ ਆਪਾਂ ਕੱਢ ਦੇਵਾਂਗੇ ਮਾਈਕ ਆਪਣੇ ਨਾ ਇਹ ਇੱਕ ਥੈਲੀ ਮਿਲਦੀ ਹੈ ਇਹਦੇ ਨਾਲ ਹੁਣ ਆਪਾਂ ਆਪਣੇ ਫੋਨ 'ਤੇ ਲਾਉਂਦੇ ਹਾਂਗੇ ਅਤੇ ਦੇਖ ਦਾਂਗੇ ਕਿ ਕੁਆਲਿਟੀ ਕਿਹੋ ਜਿਹੀ ਆਉਂਦੀ ਹੈ ਠੀਕ ਹੈ ਜੀ ਬਸ ਬਣੇ ਰਹੋ ਹੁਣ ਮੈਂ ਨਾ ਲਾ ਲੈ ਇਹਨੂੰ ਫਿਰ ਆਪਾਂ ਦੇਖਦੇ ਹਾਂ ਇੱਕ ਵਾਰ ਤੁਸੀਂ ਚੈੱਕ ਕਰ ਲਓ ਕਿ ਮਾਈਕ ਕਿਹੋ ਜਿਹੇ ਨੇ ਆਹ ਨੇ ਗੇ ਜੀ ਮਾਈਕ ਰੋਡ ਵਾਇਰਲੈਸ ਗੋ ਟੂ ਠੀਕ ਹੈ ਜੀ ਕੁਆਲਿਟੀ ਦੇਖ ਸਕਦੇ ਹੋ ਘੈਂਟ ਆ ਪੂਰੀ ਹਾਂਜੀ ਇਹ ਆ ਗਏ ਜੀ ਆਪਣੇ ਮਾਈਕ ਦੋ ਹੈਗੇ ਨੇ ਮਾਈਕ ਅਤੇ ਇੱਕ ਆ ਗਿਆ ਰਿਸੀਵਰ ਜਿਹੜਾ ਕਿ ਵੋਇਸ ਰਿਸੀਵ ਕਰਕੇ ਆਪਣੇ ਫੋਨ ਜਾਂ ਕੈਮਰੇ ਦੇ ਵਿੱਚ ਦਿੰਦਾ ਠੀਕ ਹੈ ਜੀ ਅਤੇ ਹੁਣ ਆਪਾਂ ਦੇਖ ਦਾਂਗੇ ਵੈਸੇ ਤੁਹਾਨੂੰ ਪਤਾ ਸੀਗਾ ਕਿ ਇਹ ਵਲੋਗ 3 ਮਹੀਨੇ ਪੁਰਾਣਾ ਹੈਗਾ ਤਾਂ ਕਰਕੇ ਥੋੜ੍ਹਾ ਜਿਹਾ ਮਤਲਬ ਮਾਈਕ ਅਸਾਂ ਨੇ ਵਰਤੇ ਨੇ ਅਤੇ ਤਾਂ ਕਰਕੇ ਥੋੜ੍ਹੀ ਜਿਹੀ ਕੁਆਲਿਟੀ ਡਾਊਨ ਹੋ ਗਈ ਅਤੇ ਵੈਸੇ ਇਹਦੇ ਉੱਪਰ ਜਿਹੜਾ ਉਹ ਲੱਗਿਆ ਸੀਗਾ ਉਹ ਉਤਾਰਿਆ ਹੋਇਆ ਤਾਂ ਅਤੇ ਬਾਕੀ ਇਹਦੇ ਉੱਪਰ ਲੱਗਿਆ ਜਿਹੜਾ ਆਪਣੇ ਇਹਦਾ ਆਪਣਾ ਉਹ ਆਉਂਦਾ ਹੈਗਾ ਕਵਰ ਜਿਹਾ ਇਹਦਾ ਆਪਣਾ ਲੈਮੀਨੇਸ਼ਨ ਜੀ ਚਲੋ ਹੁਣ ਆਪਾਂ ਲਾਉਂਦੇ ਹਾਂਗੇ ਅਤੇ ਇੱਕ ਵਾਰ ਇਹਨੂੰ ਔਨ ਕਰ ਲਾਂ ਮੈਂ ਜਿਹੜਾ ਆਪਣਾ ਸਕਰੀਨ ਵਾਲਾ ਦੇਖੋ ਇਹ ਨਾ ਹੋਲਡ ਰੱਖਣਾ ਪੈਂਦਾ ਉੱਪਰੋਂ ਵਾਇਰਲੈਸ ਗੋ ਟੂ ਇਹਦੀ ਅੱਧੀ ਬੈਟਰੀ ਪਈ ਆ ਅਤੇ ਵਾਈਫਾਈ ਅਤੇ ਆਪਾਂ ਹੁਣ ਦੇਖਦੇ ਹਾਂ ਕਿ ਇਹਦੀ ਕਿੰਨੀ ਬੈਟਰੀ ਆ ਦੇਖੋ ਇਹਦੀ ਮਤਲਬ ਬਹੁਤ ਖਾਸੀਅਤ ਆ ਹੁਣ ਮਤਲਬ ਕਿ ਇਹ ਮਾਈਕ ਔਨ ਹੋ ਗਿਆ ਠੀਕ ਹੈ ਜੀ ਅਤੇ ਦੇਖੋ ਨਾ ਆਪਣੀ ਆਵਾਜ਼ ਚੱਕਣ ਲੱਗ ਗਿਆ ਇਹ ਅਤੇ ਇਹਦੀ ਫੁੱਲ ਬੈਟਰੀ ਪਈ ਆ ਮਤਲਬ ਕਿ ਥੋੜ੍ਹੀ ਜਿਹੀ ਘੱਟ ਆ ਪਰ ਹੈ ਠੀਕ ਆ ਹੁਣ ਚਲੋ ਆਪਾਂ ਹੁਣ ਆਈਫੋਨ ਦੇ ਨਾਲ ਲਾਉਂਦੇ ਹਾਂਗੇ ਇਹਦੇ ਨਾਲ ਲਾਈਟਨਿੰਗ ਕੇਬਲ ਆਪਣੀ ਅੱਡ ਲੈਣੀ ਪੈਂਦੀ ਆ ਇਹਦਾ ਰੇਟ ਲਗਭਗ 1200 ਰੁਪਇਆ ਇਕੱਲੀ ਆਹ ਇਕੱਲੀ ਵਾਈਟ ਕੇਬਲ ਦਾ ਇਹਦਾ ਇਕੱਲੀ ਦਾ 12 ਪਤਾ ਨਹੀਂ 1100 ਰੁਪਇਆ ਸੀਗਾ ਅਤੇ ਆਹ ਰੋਡ ਦੀ ਇਹ ਅੱਡ ਅਤੇ ਆਹ ਰੋਡ ਦੀ ਅੱਡ ਲੈਣੀ ਪੈਂਦੀ ਆ ਚਲੋ ਫਿਰ ਆਪਾਂ ਲਾਉਂਦੇ ਹਾਂ ਆ ਜਾਓ ਹਾਂਜੀ ਦੇਖੋ ਹੁਣ ਆਪਣੇ ਮਾਈਕ ਅਤੇ ਰਿਸੀਵਰ ਆਪਣੇ ਔਫ ਨੇਗੇ ਠੀਕ ਹੈ ਜੀ ਅਤੇ ਇਸ ਤੋਂ ਬਾਅਦ ਮੈਂ ਐਡ ਕਰੂੰਗਾ ਆਪਣੀ ਕਲਿੱਪ ਵਿਦ ਮਾਈਕ ਦੇ ਨਾਲ ਅਤੇ ਦੱਸਿਓ ਕਿ ਤੁਹਾਨੂੰ ਕੁਆਲਿਟੀ ਕਿਵੇਂ ਲੱਗੀ ਅੱਜ ਫਿਰ ਹਾਂਜੀ ਅਤੇ ਹੁਣ ਫਾਈਨਲੀ ਆਪਾਂ ਨੇ ਫੋਨ ਦੇ ਨਾਲ ਅਟੈਚ ਕਰ ਲਿਆ ਆਪਣੇ ਮਾਈਕ ਅਤੇ ਕੁਆਲਿਟੀ ਇੱਕ ਵਾਰ ਦੱਸੋ ਕਿ ਤੁਹਾਨੂੰ ਕੁਆਲਿਟੀ ਕਿਵੇਂ ਲੱਗੀ ਅਤੇ ਉਸ ਤੋਂ ਪਹਿਲਾਂ ਦੀ ਕੁਆਲਿਟੀ ਕਿਵੇਂ ਆ ਅਤੇ ਮਾਈਕ ਦੇ ਨਾਲ ਕਿਵੇਂ ਆ ਠੀਕ ਹੈ ਜੀ ਅਤੇ ਆਪਣੇ ਕੋਲ ਦੋ ਮਾਈਕ ਨੇ ਅਤੇ ਇੱਕ ਰਿਸੀਵਰ ਆ ਅਤੇ ਮਤਲਬ ਕਿ ਅਗਰ ਕੋਈ ਮੇਰੇ ਨਾਲ ਹੋਰ ਵੀ ਹੈਗਾ ਅਗਰ ਉਹਨੇ ਹੀ ਬੋਲਣਾ ਤਾਂ ਵਿੱਚ ਐਡ ਕਰ ਸਕਦੇ ਆਪਾਂ ਉਹਦੀ ਵੋਇਸ ਮਤਲਬ ਕਿ ਸੇਮ ਵੋਇਸ ਹੋ ਗਈ ਅਤੇ ਕੁਆਲਿਟੀ ਦੱਸੋ ਕਿ ਤੁਹਾਨੂੰ ਕੁਆਲਿਟੀ ਕਿਵੇਂ ਲੱਗੀ ਅਤੇ ਲਗਭਗ 30,000 ਰੁਪਏ ਦਾ ਰੇਟ ਹੈਗਾ ਅਤੇ ਤੁਸੀਂ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ ਕਰ ਲਿਓ ਅਤੇ ਤੁਹਾਨੂੰ ਮਿਲਾਂਗੇ ਨੈਕਸਟ ਵਲੋਗ ਦੇ ਵਿੱਚ ਬਾਏ ਬਾਏ ਟਾਟਾ ਲਵ ਯੂ ਅਤੇ ਤੁਸੀਂ ਬਹੁਤ ਘੈਂਟ ਹੋ ਯਾਰ ਸਬਸਕ੍ਰਾਈਬ ਕਰਦਾ ਥੈਂਕ ਯੂ